ਬੇਖੌਫ ਹੋ ਕੇ ਬਦਮਾਸ਼ ਵੜੇ ਘਰ ਦੇ ਅੰਦਰ, NRI ਉੱਪਰ ਚਲਾਈਆਂ ਗੋਲੀਆਂ। ਅੰਮ੍ਰਿਤਸਰ ਤੋਂ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਦੋ ਲੜਕੇ ਵੈਪਨ ਲੈ ਕੇ ਘਰ ਅੰਦਰ ਵੜ ਗਏ ਤੇ ਤਾਬੜ ਤੋੜ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਮੈਂਬਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਫਿਰੌਤੀ ਦਾ ਸੀ, ਜਿਸ ਕਰਕੇ ਬਦਮਾਸ਼ਾਂ ਵੱਲੋਂ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਘਰ ਵਿੱਚ ਲੱਗੇ CCTV ਕੈਮਰੇ ਵਿੱਚ ਸਾਰੀ ਘਟਨਾ ਸਾਹਮਣੇ ਆਈ। ਅਮਰੀਕਾ ਵਾਸੀ ਸੁਖਚੈਨ ਸਿੰਘ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ, ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਾਕੀ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ। ਲੁੱਟਾ ਖੋਹਾਂ ਦੇ ਮਾਮਲੇ ਤਾਂ ਅਸੀਂ ਹਰ ਰੋਜ਼ ਦੇਖਦੇ ਆ ਰਹੇ ਹਾਂ, ਪਰ ਘਰ ਵੜ ਕੇ ਗੁੰਡਾਗਰਦੀ ਅਸੀਂ ਅੱਜ ਵੇਖੀ। ਕੀ ਕੋਈ ਖੌਫ ਨਹੀਂ ਪ੍ਰਸ਼ਾਸਨ ਦਾ ਗੁੰਡਿਆਂ ਨੂੰ? ਕੀ ਇਹ ਸੁਰੱਖਿਆ ਵਿਵਸਥਾ ਹੈ ਕਾਨੂੰਨ ਦੀ, ਜਿਸ ਵਿੱਚ ਕੋਈ ਵੀ ਵੈਪਨ ਲੈ ਕੇ ਘੁੰਮ ਸਕਦਾ ਹੈ, ਕਿਸੇ ਦੇ ਘਰ ਵੜ ਸਕਦਾ ਹੈ? ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ। ਬਦਮਾਸ਼ ਬਿਨਾਂ ਨਕਾਬਾਂ ਤੋਂ ਆਏ ਸੀ, ਉਹਨਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਨੇ, ਪਰ ਫਿਰ ਵੀ ਅੱਜ ਤੱਕ ਪੁਲਿਸ ਦੇ ਹੱਥ ਕੁਛ ਨਹੀਂ ਲੱਗਾ।